ਜਿਹਦੀ ਸਭ ਤੋਂ ਵੱਡੀ ਗੱਲ ਤਾਂ ਸਮੱਸਿਆ ਹੈ ਜੀ ਜਦੋਂ ਉਹ ਪੂਰੀ ਬਾਰਿਸ਼ ਹੁੰਦੀ ਹੈ ਬਾਰਿਸ਼ ਹੋਣ ਕਰਕੇ ਜਿਹੜੇ ਸ਼ਹਿਰ ਦਾ ਸਾਰਾ ਪਾਣੀ ਹੈ ਉਹ ਇਸ ਅੰਡਰ ਬ੍ਰਿਜ ਵਿੱਚ ਜਾ ਵੜਦਾ ਹੈ ਜਿਹਦੇ ਵਿੱਚ ਇਹਦਾ ਕੋਈ ਪੁਖਤਾ ਪ੍ਰਬੰਧ ਨਹੀਂ ਹੈਗਾ ਵੀ ਇਸ ਦਾ ਪਾਣੀ ਕਿਸੇ ਹੋਰ ਪਾਸੇ ਨਿਕਲ ਸਕੇ ਇਸ ਕਰਕੇ ਜੀ ਇਸ ਦੇ ਵਿੱਚ ਵੀ ਇੱਕ ਤਾਂ ਮੰਡੀ ਦੇ ਪਿੰਡ ਦਾ ਰਿਲੇਸ਼ਨ ਟੁੱਟ ਜਾਂਦਾ ਸਰਕਲ ਟੁੱਟ ਜਾਂਦਾ ਇਹਦਾ ਵਿੱਚ ਅਤੇ ਵੀ ਉਤਲਾ ਫਾਟਕ 'ਤੇ ਦਿੱਕਤ ਬਹੁਤ ਵੱਡੀ ਆਉਂਦੀ ਹੈ ਜਦੋਂ ਜ਼ਿਆਦਾ ਟ੍ਰੈਫਿਕ ਉੱਧਰ ਹੋ ਜਾਂਦੀ ਹੈ ਅਤੇ ਦੂਜੀ ਗੱਲ ਇਹ ਹੈ ਜੀ ਵੀ ਇਸ ਦੇ ਵਿੱਚ ਕੱਲ੍ਹ ਤਕਰੀਬਨ 7:30 ਵਜੇ ਸ਼ਾਮ ਨੂੰ ਇੱਕ ਵੀ ਕਾਰ ਫਸ ਗਈ ਇਹਦੇ ਵਿੱਚ ਆ ਕੇ ਜਿਹੜਾ ਕਿ ਉਹਨੂੰ ਨਹੀਂ ਪਤਾ ਸੀ ਵੀ ਇਹਦੀ ਡੂੰਘਾਈ ਕਿੰਨੀ ਹੈਗੀ ਅਤੇ ਉਹ ਜਦੋਂ ਉਹਨਾਂ ਨੇ ਲੇਡੀਜ਼ ਨੇ ਰੌਲਾ ਰੂਲਾ ਪਾਇਆ ਤਾਂ ਜਿਹੜੇ ਨਜ਼ਦੀਕ ਲੋਕ ਖੜ੍ਹੇ ਸੀ ਸਥਾਨਕ ਲੋਕ ਖੜ੍ਹੇ ਸੀਗੇ ਉਹਨਾਂ ਨੇ ਵਿੱਚ ਵੜ ਕੇ ਗੱਡੀ ਨੂੰ ਧੱਕਾ ਲਾ ਕੇ ਵਾਪਸ ਬੈਕ ਕਰਕੇ ਤਾਂ ਬਾਹਰ ਕੱਢੇ ਇਸ ਕਰਕੇ ਵੀ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਇਹਦਾ ਵੀ ਪੁਖਤਾ ਪ੍ਰਬੰਧ ਕੀਤਾ ਜਾਵੇ ਨਜ਼ਦੀਕ ਸਾਡਾ ਟੈਕਸੀ ਸਟੈਂਡ ਹੈ ਜੀ ਉਰੇ ਕੋਈ ਨਾ ਕੋਈ ਜਦੋਂ ਬਾਰਿਸ਼ ਹੁੰਦੀ ਹੈ ਕੋਈ ਬੱਸ ਫਸ ਜਾਂਦੀ ਹੈ ਕੋਈ ਕਾਰ ਫਸ ਜਾਂਦੀ ਹੈ ਤਾਂ ਸਾਨੂੰ ਵੀ ਨਾਲ ਹੈਲਪ ਕਰਕੇ ਕੱਢਣਾ ਪੈਂਦਾ ਨਾ ਸਾਨੂੰ ਵੀ ਮੁਸ਼ਕਲ ਆਉਂਦੀ ਹੈ ਵੀ ਕੋਈ ਪਿੰਡਾਂ ਤੋਂ ਆਉਂਦਾ ਹੈਗਾ ਕੋਈ ਕਿੱਥੋਂ ਆਉਂਦਾ ਹੈਗਾ ਇਸ ਕਰਕੇ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਇਹ ਕੋਲ ਨਗਰ ਕੌਂਸਲ ਵਾਲੇ ਜਾਣਕਾਰੀ ਨਹੀਂ ਦਿੰਦੇ ਜਿਵੇਂ ਇੱਥੇ ਕੋਈ ਰੋਕਿਆ ਜਾਵੇ ਲੋਕਾਂ ਨੂੰ ਅੰਦਰ ਵੜਨ ਤੋਂ ਅਸੀਂ ਤਾਂ ਬਹੁਤ ਮੰਗ ਕਰਦੇ ਜੀ ਪਰ ਇੱਥੇ ਕੁਝ ਲਾਣ ਨਹੀਂ ਲੈਂਦੇ ਹੁਣ ਵੀ ਤੁਸੀਂ ਲਾ ਲਓ ਤਕਰੀਬਨ 17-18 ਘੰਟੇ ਹੋ ਚੁੱਕੇ ਨੇਗੇ ਇਸ ਪੁਲ ਨੂੰ ਪਾਣੀ ਦਾ ਭਰੇ ਹੋਏ ਨੂੰ ਹਜੇ ਵੀ ਕਮੇਟੀ ਤੇ ਲੱਗੇ ਹੋਏ ਆ ਦੋ ਮਸ਼ੀਨਾਂ ਲਾਈ ਹੋਈਆਂ ਹਜੇ ਵੀ ਇਹ ਖਾਲੀ ਨਹੀਂ ਹੋਇਆ ਕੋਲ ਹਾਂਜੀ ਕੀ ਨਾਮ ਹੈ ਜੀ ਅਰਵਿੰਦਰ ਸਿੰਘ ਜੀ ਅਰਵਿੰਦਰ ਸਿੰਘ ਜੀ ਕਿਵੇਂ ਕੱਲ ਗੱਡੀ ਫਸੀ ਜੀ ਕਿਵੇਂ ਹੁੰਦਾ ਹੈ ਪਾਣੀ ਕਿਉਂ ਖੜਦਾ ਇੱਥੇ ਇਹ ਸ਼ਹਿਰ ਦਾ ਪਾਣੀ ਜੀ ਅੰਦਰੋਂ ਅੰਦਰ ਵੜਦਾ ਹੈ ਅੰਡਰ ਬ੍ਰਿਜ ਦੇ ਇਹਦੇ ਵਿੱਚ ਇਕੱਠਾ ਹੋ ਜਾਂਦਾ ਕਦੇ ਬੱਸ ਫਸ ਜਾਂਦੀ ਹੈ ਕੋਈ ਗੱਡੀ ਫਸ ਜਾਂਦੀ ਹੈ ਕੋਈ ਮੋਟਰਸਾਈਕਲ ਵਾਲਾ ਗਿਰ ਜਾਂਦਾ ਇਹ ਰਾਤ ਗੱਡੀ 7:30 ਵਜੇ ਜੀ ਇਹਦੇ ਵਿੱਚ ਫਸੀ ਹੋਈ ਸੀ ਪੱਲੇਦਾਰਾਂ ਨੇ 7-8 ਜਣੇ ਰਲ ਕੇ ਕੱਢੀ ਜੀ ਇਹਦਾ ਕੋਈ ਨਿਕਾਸ ਨਹੀਂ ਹੋ ਰਿਹਾ ਜੀ ਪਾਣੀ ਦਾ ਇਹਦਾ ਕੋਈ ਕਿੰਨੀਆਂ ਸਰਕਾਰਾਂ ਆ ਕੇ ਬਾਗੀਆਂ ਇਹਨਾਂ ਲੋਕਾਂ ਨੇ ਕਹਿ ਚੁੱਕੇ ਕਹਿ ਕੇ ਥੱਕ ਗਏ ਇਹਦਾ ਕੋਈ ਹੱਲ ਨਹੀਂ ਹੋਇਆ ਅੱਜ ਤੱਕ ਜਿਹੜੀ ਕੱਲ੍ਹ ਗੱਡੀ ਸੀ ਉਹਦੇ ਵਿੱਚ ਕਿੰਨੇ ਕੁ ਜਵਾਕ ਸੀ ਗਏ ਬੱਚੇ ਉਹ 'ਚ 2-3 ਲੇਡੀਜ਼ ਦੀ 2 ਬੱਚੇ ਦੀ 1 ਜੈਂਟਸ ਦੀ ਕਿੰਨਾਂ ਨੇ ਗੱਡੀ ਫਿਰ ਗੱਡੀ ਪੱਲੇਦਾਰਾਂ ਨੇ ਕੱਢੀ ਜੀ 7-8 ਜਣੇ ਰਲ ਕੇ